ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ। ਤੇ ਆਪਣਾ ਹੈਗਾ ਜੀ ਕਿਰਪੇਨ ਸਿੰਘ ਸੋਨੂੰ ਮਾਲ, ਅੱਜ ਹਰਗੜ ਜਿਹੜਾ ਮੋਦੀ ਦਾ ਪੁਤਲਾ ਸਾੜਿਆ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਜੀ, ਜਿਹੜਾ ਕੇਂਦਰ ਸਰਕਾਰ ਨੇ ਸਾਡੇ ਕਿਸਾਨ ਮਜ਼ਦੂਰਾਂ ਦੇ ਦਿਲਾਂ ਦੇ ਉੱਤੇ ਵੱਡੀ ਸੱਟ ਫੇਰ ਦੋਹਰੇ ਮਾਰੀ ਆ, ਸਾਡੇ ਦਿਲਾਂ ਦੇ ਉੱਤੇ ਸਾਡੇ ਫੇਰ ਹੀ ਫੇਰ ਲੂਦਰੇ ਗਏ ਆ, ਜੋ ਇਹਨੇ ਇਸ ਵੇਲੇ ਮੋਦੀ ਸਰਕਾਰ ਨੇ ਕੀ ਕੀਤਾ ਸਾਡੇ ਕਿਸਾਨ, ਜਿਹੜੇ ਕਿਸਾਨ ਸ਼ੁਭ ਕਰਮ ਨੂੰ ਜਿਹੜੇ ਅਫਸਰਾਂ ਨੇ ਸ਼ਹੀਦ ਕੀਤਾ, ਜਿਹੜੇ ਬ੍ਰਿਧ ਪਾਲ ਸਾਡੇ ਕਿਸਾਨ ਵੀਰ ਨੂੰ ਬੋਰੀਆਂ ਦੇ ਵਿੱਚ ਪਾ ਕੇ ਕੁੱਟਿਆ ਗਿਆ ਲੰਗਰ ਪ੍ਰਸ਼ਾਦਾ ਵਰਤਾਉਂਦੇ ਨੂੰ, ਸਾਡੇ ਸੈਂਕੜੇ ਕਿਸਾਨਾਂ ਦੇ ਉੱਤੇ ਛਰੇ ਵੱਜੇ, ਸੈਂਕੜੇ ਕਿਸਾਨਾਂ ਦੇ ਗਿੱਟੇ ਗੋਡੇ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਜਲੇਗੀ। ਅੱਜ ਕੀ ਕਰ ਰਹੀ ਹੈ ਜ਼ਾਲਮ ਸਰਕਾਰ? ਕੇਂਦਰ ਸਰਕਾਰ ਨਹੀਂ ਜ਼ਾਲਮ ਸਰਕਾਰ ਬਣੀ ਆ ਸਾਡੇ ਲਈ ਵੀਰੋਏ, ਅਸੀਂ ਤੁਹਾਡੇ ਮਾਧਿਅਮ ਨਹੀਂ ਦੱਸਣਾ ਚਾਹੁੰਦੇ ਹਾਂ। ਅੱਜ 15 ਅਗਸਤ ਨੂੰ ਉਹਨਾਂ ਬੰਦਿਆਂ ਨੂੰ ਜਿਹੜੇ 6 ਅਫਸਰ ਆ ਜਿਨ੍ਹਾਂ ਨੇ ਸਾਡੇ ਉੱਤੇ ਵੱਡਾ ਤਸ਼ੱਦਦ ਕੀਤਾ ਕਿਸਾਨ ਮਜ਼ਦੂਰਾਂ ਦੇ ਉੱਤੇ, ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਸਨਮਾਨਿਤ ਕਰ ਰਹੇ ਆ, ਅਸੀਂ ਉਸ ਦਾ ਵਿਰੋਧ ਕਰਦੇ ਹੋਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਪੁਤਲਾ ਵਾ ਹਾਲ ਗੇਟ ਚੌਂਕ ਦੇ ਵਿੱਚ ਵੱਡੇ ਲੈਵਲ ਤੇ ਫੂਕਿਆ ਤੇ ਵਿਰੋਧ ਕਰਦੇ ਆ। ਜਿਵੇਂ ਅੰਮ੍ਰਿਤਪਾਲ ਨੂੰ ਅੰਦਰ ਕੀਤਾ ਸਾਹਿਬ ਦਾ, ਮਗਰ ਉਦੋਂ ਕਿਉਂ ਨੀ ਕਿਸਾਨ ਇਕੱਠੇ ਹੋਏ? ਦੇਖੋ ਜੀ, ਜਿਹੜਾ ਅੰਮ੍ਰਿਤਪਾਲ ਨੂੰ ਅੰਦਰ ਕੀਤਾ, ਸਾਡਾ ਇੱਕ ਆਪਣਾ ਕਿਸਾਨੀ ਕਿੱਤਾ ਜਿਹੜਾ ਚੱਲ ਰਿਹਾ ਸੀ, ਅਸੀਂ ਕਿਸਾਨੀ ਸੰਘਰਸ਼ ਲੜ ਰਹੇ ਹਾਂ, ਅਸੀਂ ਜੇ ਲੋੜ ਪਊਗੀ ਜਿੱਥੇ ਕਿਤੇ ਵੀ ਅਸੀਂ ਨਾਲ ਆ। ਮਗਰ ਜਿਵੇਂ ਅੱਜ ਪੁਤਲਾ ਸਾੜਿਆ ਗਿਆ, ਪਹਿਲਾਂ ਕਿਉਂ ਨਹੀਂ ਪੁਤਲੇ ਸਾੜੇ ਗਏ? ਮਗਰ ਜਗ੍ਹਾ ਜਗ੍ਹਾ ਧਰਨੇ ਲੱਗਦੇ ਰਹੇ ਵਗੈਰਾ, ਦੇਖੋ ਜੀ ਦਿੱਲੀ ਵੀ ਲੱਗੇ ਵਗੈਰਾ, ਦੇਖੋ ਜੀ ਕਈ ਮੋਟਾਂ ਆਈਆਂ, ਮਗਰ ਅੱਜ ਦਾ ਦਿਨ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਵੇਖੀ ਅਸੀਂ ਉਹਨਾਂ ਦੇ ਅੱਜ ਵੀ ਨਾਲ ਆ, ਅਸੀਂ ਅੰਮ੍ਰਿਤਪਾਲ ਦੇ ਨਾਲ ਆ, ਪਰ ਵੇਖੋ ਵੱਖ ਵੱਖ ਜਥੇਬੰਦੀਆਂ, ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਵਿਰੋਧ ਕੀਤਾ ਉਹਨਾਂ ਦੇ ਹੱਥ ਵਿੱਚ, ਅਸੀਂ ਵੀ ਜਾਂਦੇ ਰਹੇ ਹਾਂ ਨਾਲ, ਪਰ ਜਿਹੜੀ ਅਗਵਾਈ ਆ ਉਹ ਸਿੱਖ ਜਥੇਬੰਦੀਆਂ ਨੇ ਕਰਨੀ ਸੀ, ਕਿਸਾਨ ਜਥੇਬੰਦੀ, ਕਿਸਾਨ ਸੰਘਰਸ਼ ਕਮੇਟੀਆਂ, ਇਹ ਸਾਡੀਆਂ ਅੱਜ ਬੀਜੇਪੀ ਸਰਕਾਰ ਦੇ ਪੂਰੇ ਭਾਰਤ ਦੇ ਵਿੱਚ ਜਿਹੜੇ ਪੁਤਲੇ ਸਾੜੇ ਜਾ ਰਹੇ ਆ, ਕਿਉਂਕਿ ਇਹ ਜਿਹੜਾ ਮੇਨ ਵਿਰੋਧ ਆ, ਮੇਨ ਵਿਰੋਧ ਇਸ ਕਰਕੇ ਹੋ ਗਿਆ ਵਾ ਕਿ ਜਿਹੜੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਬੀਜੇਪੀ ਸਰਕਾਰ ਨੇ ਸ਼ਹੀਦ ਕੀਤਾ, 15 ਅਗਸਤ ਵਾਲੇ ਦਿਨ ਸਰਕਾਰ ਉਹਨਾਂ ਪੁਲਿਸ ਅਫਸਰਾਂ ਅਤੇ ਨਾਲ ਉਹਨਾਂ ਨੂੰ ਜਿਹੜਾ ਸਨਮਾਨਿਤ ਕਰਨ ਜਾ ਰਹੀ ਆ, ਤੇ ਨਾਲ ਜਿਹੜੀ ਬੀਜੇਪੀ ਸਰਕਾਰ ਆ ਨਵੇਂ ਕਾਨੂੰਨ ਲੈ ਕੇ ਆਈ ਆ ਵਿਰੋਧ ਕਰਨ ਵਾਸਤੇ। ਅੱਜ ਇਹ ਹਾਲ ਗੇਟ ਪੁਤਲਾ ਜਾ ਰਹੇ ਮੋਦੀ ਦਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਵੇਖੋ ਜੀ, ਇਹ ਸੈਂਟਰੀ ਸਰਕਾਰ ਬਣ ਰਹੀ ਆ 2014 ਤੋਂ, ਇਹ ਲੋਕ ਮਾਰੂ ਨੀਤੀਆਂ ਲੈ ਕੇ ਆਈ ਆ ਜਿਹੜੀਆਂ ਲੋਕਾਂ ਦੇ ਤੱਕ ਨਹੀਂ ਹੈਗੀਆਂ, ਕੁਝ ਕੁ ਲੋਕਾਂ ਨੂੰ 1-2% ਲੋਕਾਂ ਨੂੰ ਸਰਕਾਰਾਂ ਬਣੀਆਂ ਵਾ, ਇਹਦਾ ਕਰਕੇ ਅੱਜ ਇਹਨਾਂ ਪੁਤਲਾ ਫੂਕਿਆ ਗਿਆ ਵਾ। 15 ਤਰੀਕ ਨੂੰ ਫਿਰ ਬੈਟਰ ਮਾਰ ਵੀ ਕੱਢਿਆ ਜਾਵੇਗਾ, ਕਿਉਂਕਿ ਜਿਹੜੇ ਕਿਸਾਨਾਂ ਉੱਤੇ ਗੋਲੀ ਚਲਾਈ ਪੁਲਿਸ ਵਾਲਿਆਂ ਨੇ, ਉਹਨਾਂ ਨੂੰ